ਸਤਿ ਸ਼੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪ੍ਰੋਫੈਸਰ ਮੋਹਨ ਸਿੰਘ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਉੱਤੇ ਚਾਨਣਾ ਪਾਵਾਂਗੇ। ਪ੍ਰੋਫੈਸਰ ਮੋਹਨ ਸਿੰਘ ਆਧੁਨਿਕ ਪੰਜਾਬੀ ਕਵੀਆਂ ਦੀ ਦੂਜੀ ਪੀੜ੍ਹੀ ਦੇ ਹਰਮਨ ਪਿਆਰੇ ਕਵੀ ਹੋਏ ਹਨ। ਇਹਨਾਂ ਦੇ ਪੰਜਾਬੀ ਕਵਿਤਾ ਦੇ ਆਗਮਨ ਦੇ ਨਾਲ ਪੰਜਾਬੀ ਕਵਿਤਾ ਜੋ ਸੀ ਉਹ ਰਵਾਇਤੀ ਦਹਿਲੀਜ਼ਾਂ ਤੋਂ ਪਾਰ ਜਾ ਕੇ ਵਿਸ਼ਵ ਵਿਆਪੀ ਚੇਤਨਾ ਨਾਲ ਜੁੜਦਿਆਂ ਹੋਇਆਂ ਪੰਜਾਬੀ ਕਵਿਤਾ ਨੂੰ ਇੱਕ ਨਵੀਂ ਦਿਸ਼ਾ ਅਤੇ ਨਵਾਂ ਵਿਸ਼ਾ ਵੀ ਪ੍ਰਦਾਨ ਕਰਦੀ ਹੈ। ਪ੍ਰੋਫੈਸਰ ਮੋਹਨ ਸਿੰਘ ਦਾ ਜਨਮ 20 ਅਕਤੂਬਰ 1905 ਨੂੰ ਹੋਤੀ ਮਰਦਾਨ ਪਿੰਡ ਵਿਖੇ ਹੋਇਆ, ਸਰਦਾਰ ਜੋਤ ਸਿੰਘ ਅਤੇ ਮਾਤਾ ਭਾਗਵੰਤੀ ਦੀ ਕੁੱਖੋਂ। ਇਹਨਾਂ ਦਾ ਜਨਮ ਭਾਵੇਂ ਪਿੰਡ ਹੋਤੀ ਮਰਦਾਨ ਵਿਖੇ ਹੋਇਆ, ਪਰ ਇਹਨਾਂ ਦਾ ਜੱਦੀ ਪਿੰਡ ਸੀ ਜੋ ਉਹ ਧਮਿਆਲ ਰਾਵਲਪਿੰਡੀ ਜ਼ਿਲ੍ਹੇ, ਜੋ ਸਰਹੱਦੀ ਸੂਬਾ ਹੈ ਪਾਕਿਸਤਾਨ ਦਾ, ਮੰਨਿਆ ਜਾਂਦਾ ਹੈ ਜਾਂ ਹੈ, ਕਿਉਂਕਿ ਧਮਿਆਲ ਪਿੰਡ ਜੋ ਹੈ ਪੰਜਾਬੀ ਸਾਹਿਤ ਦੇ ਵਿੱਚ ਇਸ ਪਿੰਡ ਦੀ ਕਾਫੀ ਖਾਸੀ ਪਹਿਚਾਣ ਹੈ, ਕਿਉਂਕਿ ਪੰਜਾਬੀ ਕਹਾਣੀਕਾਰ ਜੋ ਹਨ ਕਰਤਾਰ ਸਿੰਘ ਦੁੱਗਲ, ਹਰਨਾਮ ਸਿੰਘ ਸ਼ਾਨ ਅਤੇ ਕ੍ਰਿਸ਼ਨਾ ਸੋਵਚੀ ਜਿਹੀਆਂ ਜੋ ਸਾਹਿਤਕ ਹਸਤੀਆਂ ਹਨ, ਉਹ ਇਸੇ ਪੋਠੋਹਾਰੀ ਪਿੰਡ ਧਮਿਆਲ ਦੀਆਂ ਹੀ ਜੰਮਪਲ ਹਨ। ਇਸੇ ਪਿੰਡ ਵਿੱਚ ਜੋ ਹੈ ਆਪਣੀ ਬਚਪਨ ਦੀ ਅਵਸਥਾ ਗੁਜ਼ਾਰਦਿਆਂ ਹੋਇਆਂ ਇਹਨਾਂ ਨੇ ਸਕੂਲੀ ਸਿੱਖਿਆ ਜੋ ਹੈ ਉਹ ਧਮਿਆਲ ਵਿਖੇ ਹੀ ਗ੍ਰਹਿਣ ਕੀਤੀ ਅਤੇ ਬਾਅਦ ਦੇ ਵਿੱਚ ਇਹਨਾਂ ਨੇ ਐੱਮ ਏ ਫਾਰਸੀ ਵਿੱਚ ਜੋ ਹੈ ਆਪਣੀ ਮੁਹਾਰਤ ਹਾਸਲ ਕੀਤੀ ਜਾਂ ਸਿੱਖਿਆ ਗ੍ਰਹਿਣ ਕੀਤੀ। ਕਿੱਤੇ ਵਜੋਂ ਜੋ ਹੈ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਜਿਵੇਂ ਕਿ ਪੰਜਾਬੀਆਂ ਨੂੰ ਜੋ ਹੈ ਸੰਘਰਸ਼ ਬਚਪਨ ਤੋਂ ਹੀ ਕਰਨਾ ਪੈਂਦਾ ਹੈ, ਠੀਕ ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਨੇ ਵੀ ਜੋ ਜ਼ਿੰਦਗੀ ਦੇ ਪਹਿਲੇ ਪੜਾਅ 'ਤੇ ਕਾਫੀ ਸੰਘਰਸ਼ ਕੀਤਾ। ਉਹ ਅੰਮ੍ਰਿਤਸਰ ਦੀਆਂ ਭੀੜੀਆਂ ਗਲੀਆਂ ਦੇ ਵਿੱਚ ਇੱਕ ਕਿਰਾਏ ਦੇ ਮਕਾਨ 'ਤੇ ਵੀ ਰਹੇ, ਟਾਂਗਾ ਵੀ ਵਾਹਿਆ, ਬਾਅਦ ਦੇ ਵਿੱਚ ਦੁੱਧ ਦੀ ਡੇਅਰੀ ਵੀ ਖੋਲ੍ਹੀ। ਸਕੂਲ ਦੇ ਵਿੱਚ ਅਧਿਆਪਕ ਵੀ ਰਹੇ, ਮੁੱਖ ਅਧਿਆਪਕ ਵੀ ਰਹੇ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਫਾਰਸੀ ਦੇ ਪ੍ਰੋਫੈਸਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਬਾਅਦ ਦੇ ਵਿੱਚ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਇਹਨਾਂ ਨੇ ਆਪਣੀਆਂ ਜੋ ਅਧਿਆਪਨ ਦੀਆਂ ਅਧਿਐਨ ਸੇਵਾਵਾਂ ਸਨ ਉਹਨਾਂ ਨੂੰ ਨਿਭਾਇਆ। ਪਬਲੀਕੇਸ਼ਨ ਬਿਊਰੋ ਵੀ ਇਹਨਾਂ ਨੇ, ਪਬਲੀਕੇਸ਼ਨ ਹਾਊਸ ਵੀ ਇਹਨਾਂ ਨੇ ਆਪਣਾ ਖੋਲ੍ਹਿਆ, ਜੋ 1939 ਦੇ ਵਿੱਚ ਪੰਜ ਦਰਿਆ ਨਾਂ ਦਾ ਪ੍ਰਕਾਸ਼ਨ ਜੋ ਸੀ ਇਹਨਾਂ ਨੇ ਪੰਜ ਦਰਿਆ ਨਾਮ ਦਾ ਰਸਾਲਾ ਸ਼ੁਰੂ ਕੀਤਾ, ਜੋ ਕਿ 1947 ਤੱਕ ਲਗਾਤਾਰ ਚੱਲਦਾ ਰਿਹਾ। ਪਰ 1947 ਦੀ ਦੇਸ਼ ਵੰਡ ਤੋਂ ਬਾਅਦ ਜੋ ਹੈ ਇਹ ਰਸਾਲਾ ਜੋ ਪੰਜ ਦਰਿਆ ਸੀ ਇੱਕ ਵਾਰੀ ਬੰਦ ਹੋ ਗਿਆ, ਪ੍ਰਕਾਸ਼ਿਤ ਹੋਣਾ ਬੰਦ ਹੋ ਗਿਆ ਅਤੇ ਬਾਅਦ ਦੇ ਵਿੱਚ ਦੁਬਾਰਾ 1949 ਦੇ ਵਿੱਚ ਫਿਰ ਦੁਬਾਰਾ ਇਹ ਰਸਾਲਾ ਜੋ ਸੀ ਅੰਮ੍ਰਿਤਸਰ ਤੋਂ ਪਬਲਿਸ਼ ਹੋਣਾ ਸ਼ੁਰੂ ਹੋਇਆ। ਪਹਿਲਾਂ 1947 ਤੱਕ ਇਹ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ ਅਤੇ 1949 ਤੋਂ ਇਹ ਅੰਮ੍ਰਿਤਸਰ ਦੇ ਵਿੱਚ ਜੋ ਹੈ ਇਸ ਦਾ ਜੋ ਮੁੱਖ ਕੇਂਦਰ ਸਥਾਪਿਤ ਹੋਇਆ ਅਤੇ 1964 ਤੱਕ ਲਗਾਤਾਰ ਪ੍ਰੋਫੈਸਰ ਮੋਹਨ ਸਿੰਘ ਨੇ ਇਸ ਰਸਾਲੇ ਦੀ ਸੰਪਾਦਕੀ ਕੀਤੀ। ਕੁਛ ਵਕਤ ਇਹ ਰਸਾਲਾ ਜੋ ਹੈ ਇਹ ਪੱਤਰਿਕਾ ਜੋ ਹੈ ਲੁਧਿਆਣਾ ਅਤੇ ਜਲੰਧਰ ਤੋਂ ਵੀ ਪ੍ਰਕਾਸ਼ਿਤ ਹੁੰਦੀ ਰਹੀ ਅਤੇ ਹਿੰਦ ਪਬਲਿਸ਼ਰਸ ਨਾਮ ਦਾ ਇਹਨਾਂ ਨੇ ਇੱਕ ਬਹੁਤ ਵੱਡਾ ਪਬਲਿਸ਼ਿੰਗ ਹਾਊਸ ਵੀ ਜੋ ਸੀ ਹਿੰਦ ਪ੍ਰਕਾਸ਼ਨ ਹਾਊਸ ਵੀ ਸ਼ੁਰੂ ਕੀਤਾ। ਅਤੇ ਇਸ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਨੇ ਜੋ ਹੈ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ 'ਤੇ
ਸੰਘਰਸ਼ ਕਰਦਿਆਂ ਹੋਇਆਂ ਇੱਕ ਸਫਲ ਮਨੁੱਖ ਵਜੋਂ ਜੋ ਹੈ ਅੰਤ 3 ਮਈ 1978 ਈਸਵੀ ਨੂੰ ਮੌਤ ਨੂੰ ਪ੍ਰਵਾਨ ਕਰ ਲਿਆ, ਭਾਵ ਮੌਤ ਦੇ ਮੂੰਹ ਸਮਾ ਗਏ। ਪ੍ਰੋਫੈਸਰ ਮੋਹਨ ਸਿੰਘ ਜੀ ਸਾਹਿਤਕ ਦੇਣ ਜੋ ਹੈ ਉਸਦੇ ਬਾਰੇ ਇਹਨਾਂ ਨੇ ਕਵਿਤਾ ਦੇ ਖੇਤਰ ਦੇ ਵਿੱਚ ਸਾਵੇ ਪੱਤਰ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈਮੀਰ, ਬੂਹੇ ਨਾਮ ਦੇ ਕਾਵਿ ਸੰਗ੍ਰਹਿ ਜੋ ਸਨ ਲਿਖੇ। ਇਹਨਾਂ ਦਾ ਸਭ ਤੋਂ ਪਹਿਲਾ ਕਾਵਿ ਸੰਗ੍ਰਹਿ ਜੋ ਸੀ ਇੱਕ ਕਿਤਾਬ 'ਚ ਸੀ ਛੋਟਾ ਜਿਹਾ, ਉਹ 4 ਹੰਝੂ ਦੇ ਨਾਮ ਦੇ ਨਾਲ ਪ੍ਰਕਾਸ਼ਿਤ ਹੋਇਆ ਸੀ। ਨਨਕਾਇਣ ਜੋ ਹੈ ਇਹਨਾਂ ਨੇ ਮਹਾਂਕਾਵਿ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਜਨਮ ਸ਼ਤਾਬਦੀ 'ਤੇ 1969 ਦੇ ਵਿੱਚ ਲਿਖਿਆ। ਅਨੁਵਾਦ ਵੀ ਪ੍ਰੋਫੈਸਰ ਮੋਹਨ ਸਿੰਘ ਨੇ ਏਸ਼ੀਆ ਦਾ ਚਾਨਣ ਨਾਂ ਦਾ ਜੋ ਇੱਕ ਮਹਾਂਕਾਵਿ ਅਨੁਵਾਦਿਤ ਕੀਤਾ, ਜੋ ਐਡਵਿਨ ਆਰਨਲਡ ਦੇ ਮਹਾਂਕਾਵਿ ਲਾਈਟ ਆਫ ਏਸ਼ੀਆ ਦਾ ਪੰਜਾਬੀ ਅਨੁਵਾਦ ਹੈ, ਜੋ ਮਹਾਤਮਾ ਬੁੱਧ ਦੇ ਜੀਵਨ ਦੇ ਨਾਲ ਸੰਬੰਧਿਤ ਹੈ। ਕਹਾਣੀ ਸੰਗ੍ਰਹਿ ਇਹਨਾਂ ਦਾ ਨਿੱਕੀ ਨਿੱਕੀ ਵਾਸ਼ਨਾ ਪ੍ਰਕਾਸ਼ਿਤ ਹੋਇਆ ਅਤੇ ਨਾਵਲ ਵੀ ਇਹਨਾਂ ਨੇ ਧਰਤੀ ਪਾਸਾ ਪਰਤਿਆ, ਸਤਰੰਗੀ ਪੀਂਘ ਨਾਂ ਦੇ 2 ਨਾਵਲ ਜੋ ਸਨ ਇਹਨਾਂ ਨੇ ਅਨੁਵਾਦਿਤ ਕੀਤੇ ਅਤੇ ਵਾਰਤਕ ਖੇਤਰ ਦੇ ਵਿੱਚ ਵੀ ਇਹਨਾਂ ਨੇ ਗਦ ਪਦ ਰਚਨਾ ਨਾਮ ਦਾ ਜੋ ਗਦ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ। ਇਸ ਦੇ ਨਾਲ ਹੀ ਪ੍ਰੋਫੈਸਰ ਮੋਹਨ ਸਿੰਘ ਨੇ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਆਪਣੀ ਪੁੱਤਰੀ ਇੰਦਰਾ ਨੂੰ ਲਿਖੇ ਗਏ ਖਤ ਜੋ ਸਨ ਪਿਤਾ ਵੱਲੋਂ ਧੀ ਨੂੰ ਚਿੱਠੀਆਂ ਦੇ ਨਾਮ ਹੇਠ ਅਨੁਵਾਦਿਤ ਕੀਤੇ ਅਤੇ ਨਿਰਮਲਾ ਅਤੇ ਗੋਦਾਨ ਜੋ ਮੁਨਸ਼ੀ ਪ੍ਰੇਮ ਚੰਦ ਦੀਆਂ ਬਹੁਤ ਹੀ ਮਸ਼ਹੂਰ ਪੁਸਤਕਾਂ ਸਨ ਉਹਨਾਂ ਨੂੰ ਵੀ ਪੰਜਾਬੀ ਦੇ ਵਿੱਚ ਅਨੁਵਾਦਿਤ ਕੀਤਾ ਅਤੇ ਚਰਚਿਲ ਦੇ ਯੁੱਧ ਭਾਸ਼ਣਾਂ ਅਤੇ ਟ੍ਰਿਵਲੀਅਨ ਦੀ ਇੰਗਲਿਸ਼ ਸੋਸ਼ਲ ਹਿਸਟਰੀ ਨਾਮ ਦੀਆਂ ਪੁਸਤਕਾਂ ਵੀ ਇਹਨਾਂ ਨੇ ਅਨੁਵਾਦ ਕਰਕੇ ਪੰਜਾਬੀ ਸਾਹਿਤ ਦੇ ਘੇਰੇ ਨੂੰ ਅਨੁਵਾਦ ਪੱਖੋਂ ਵੀ ਵਿਸ਼ਾਲ ਕੀਤਾ। ਸਾਹਿਤਕ ਵਿਸ਼ੇਸ਼ਤਾਵਾਂ ਪ੍ਰੋਫੈਸਰ ਮੋਹਨ ਸਿੰਘ ਦੀ ਕਾਵਿ ਜੋ ਸੰਗ੍ਰਹਿ ਸਨ ਜਾਂ ਉਹਨਾਂ ਦਾ ਜੋ ਕਾਵਿ ਦੇ ਖੇਤਰ ਦੇ ਵਿੱਚ ਯੋਗਦਾਨ ਹੈ ਉਸਦੇ ਆਧਾਰ 'ਤੇ ਉਹਨਾਂ ਦੀਆਂ ਸਾਹਿਤਕ ਵਿਸ਼ੇਸ਼ਤਾਵਾਂ ਦੀ ਅਸੀਂ ਪੜਚੋਲ ਕਰਾਂਗੇ। ਸਭ ਤੋਂ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ ਜੋ ਸਨ ਇੱਕ ਰੋਮਾਂਸਵਾਦੀ ਕਵੀ ਸਨ ਜਿਨ੍ਹਾਂ ਨੇ ਨਿੱਜੀ ਪੀੜਾ, ਸੰਯੋਗ ਅਤੇ ਵਿਯੋਗ ਦੋਹਾਂ ਦਾ ਅਨੁਭਵ ਹੋਣ ਸਦਕਾ ਉਹਨਾਂ ਨੇ ਇਹ ਦੋਵੇਂ ਰੰਗ ਜੋ ਸਨ ਆਪਣੇ ਮੁੱਢਲੇ ਕਾਵਿ ਸੰਗ੍ਰਹਿ ਜੋ ਸਨ ਉਹਨਾਂ ਦੇ ਵਿੱਚ ਬੜੀ ਮੁੱਖਰਤਾ ਦੇ ਨਾਲ ਪੇਸ਼ ਕੀਤੇ, ਕਿਉਂਕਿ ਮੂਲ ਰੂਪ ਵਿੱਚ ਪ੍ਰੋਫੈਸਰ ਮੋਹਨ ਸਿੰਘ ਜੋ ਹੈ ਪਿਆਰ ਦਾ ਕਵੀ ਸੀ, ਰੋਮਾਂਸ ਦਾ ਕਵੀ ਸੀ। ਔਰ ਅਸਲ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੂੰ ਜੋ ਕਾਵਿ ਦੀ ਚੇਟਕ ਲੱਗੀ ਸੀ ਉਹ ਸਿਰ ਚੜ੍ਹ ਕੇ ਬੋਲੀ ਜਦੋਂ ਪ੍ਰੋਫੈਸਰ ਮੋਹਨ ਸਿੰਘ ਦੀ ਪਤਨੀ ਬਸੰਤ ਦਾ ਜੋ ਦੇਹਾਂਤ ਹੋਇਆ। ਬਸੰਤ ਦੀ ਮੌਤ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਨਿਰਾਸ਼ਤਾ ਦੀਆਂ ਡੂੰਘੀਆਂ ਖੱਡਾਂ ਦੇ ਵਿੱਚ ਲੈ ਗਿਆ ਅਤੇ ਸੁਪਨੇ ਵਿੱਚ ਜਦੋਂ ਬਸੰਤ ਨੇ ਉਸਨੂੰ ਦੀਦਾਰ ਦਿੱਤੇ ਤਾਂ ਉਸਦਾ ਜ਼ਿਕਰ ਆਪਣੀ ਇੱਕ ਕਵਿਤਾ ਵਿੱਚੋਂ ਕਰਦਾ ਹੈ ਕਿ ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ। ਅਤੇ ਇਸ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਜੋ ਹੈ ਬਸੰਤ ਦੇ ਆਪਣੀ ਪਤਨੀ ਬਸੰਤ ਦੇ ਵਿਯੋਗ ਦੇ ਵਿੱਚ ਜੋ ਹੈ ਇੱਕ ਬਹੁਤ ਹੀ ਹਰਮਨ ਪਿਆਰਾ ਕਵੀ ਵਜੋਂ ਉਭਰਿਆ। ਅਸਲ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਦੇ ਜੋ ਵਿਸ਼ੇ ਇੱਕ ਨਹੀਂ ਅਨੇਕ ਸਨ ਔਰ ਜ਼ਿਆਦਾਤਰ ਕਵਿਤਾਵਾਂ ਦੇ ਵਿਸ਼ੇ ਜੋ ਸਨ ਨਾਰੀ ਜਾਂ ਔਰਤ ਦੇ ਇਰਦ ਗਿਰਦ ਹੀ ਘੁੰਮਦੇ ਸਨ।
ਕਵਿਤਾ ਦੇ ਵਿੱਚ ਮੋਹਨ ਸਿੰਘ ਨੇ ਨਾਰੀ ਨੂੰ ਵੱਖ ਵੱਖ ਰੂਪਾਂ ਦੇ ਵਿੱਚ ਵੀ ਚਿਤਰਿਆ ਹੈ। ਇੱਕ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਹੈ ਜਿਸ ਵਿੱਚ ਉਹ ਲਿਖਦੇ ਹਨ ਕਿ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ ਅਤੇ ਵਿੱਚ ਜੰਗ ਦੇ ਦੇਵੀ ਕਟਾਰ ਸਾਡੀ। ਇਸ ਤਰ੍ਹਾਂ ਉਸਨੇ ਔਰਤ ਨੂੰ ਜੋ ਹੈ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਸ਼ਕਤੀ ਦੇ ਰੂਪ ਦੇ ਵਿੱਚ ਵੀ ਪੇਸ਼ ਕੀਤਾ ਹੈ, ਖਾਸ ਕਰਕੇ ਜਦੋਂ ਉਹ ਆਪਣੀ ਇੱਕ ਮਕਬੂਲ ਕਵਿਤਾ ਖਣਗਾਹੀ ਦੀਵਾ ਬਾਲਦੀਏ ਵਿੱਚ ਲਿਖਦੇ ਹਨ ਕਿ ਕੀ ਲੋਚਦੀ ਏ ਕੀ ਸੋਚਦੀ ਏ ਕੀ ਰੁੱਸ ਗਿਆ ਤੇਰਾ ਢੋਲ ਕੁੜੇ। ਇਸ ਕਵਿਤਾ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਔਰਤ ਨੂੰ ਇੱਕ ਕਮਜ਼ੋਰ ਅਤੇ ਬਹਾਦਰ ਦੋਹਾਂ ਰੂਪਾਂ ਦੇ ਵਿੱਚ ਚਿਤਰਦਿਆਂ ਹੋਇਆਂ ਔਰ ਵਾਸਤਵ ਦੇ ਵਿੱਚ ਔਰਤ ਨੂੰ ਮੁਹੱਬਤ ਦਾ ਜਾਂ ਮਨੁੱਖ ਦਾ ਪ੍ਰੇਰਕ ਸੋਮਾ ਗਰਦਾਣਿਆ ਹੈ। ਇਸ ਤੋਂ ਬਾਅਦ ਹੈ ਪ੍ਰਕਿਰਤੀ ਚਿਤਰਨ। ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਦੇ ਵਿੱਚ ਜੋ ਕੁਦਰਤੀ ਨਜ਼ਾਰੇ ਹਨ ਉਹਨਾਂ ਦੀ ਵੀ ਤਰਜਮਾਨੀ ਜੋ ਹੈ ਬੜੀ ਭਰਪੂਰਤਾ ਦੇ ਨਾਲ ਹੋਈ ਹੈ, ਖਾਸ ਕਰਕੇ ਜਦੋਂ ਉਹ ਲਿਖਦੇ ਹਨ ਕਿ ਅੰਬੀ ਦਾ ਬੂਟਾ ਕਵਿਤਾ ਜਾਂ ਫਿਰ ਕਵਿਤਾ ਉਹਨਾਂ ਦੀ ਹੈ ਕੁੜੀ ਪੋਠੋਹਾਰ ਦੀ, ਜਿਹਦੇ ਵਿੱਚ ਉਹ ਲਿਖਦੇ ਨੇ ਕਿ ਲੰਮਾ ਪਤਲਾ ਬੁੱਤ ਉਸਦਾ ਬ੍ਰਿਸ਼ਾਂ ਦੇ ਵਿੱਚ ਬ੍ਰਿਸ਼ ਹੋ ਗਿਆ, ਜਾਂ ਸਿਰ 'ਤੇ ਚੁੱਕੀ ਪੰਡ ਘਾਹ ਦੀ ਪੈਲਾਂ ਖਾਂਦੀ, ਪਹਿਲਾਂ ਪਾਉਂਦੀ ਝੋਲੇ ਖਾਂਦੀ ਆਈ ਕੁੜੀ ਪੋਠੋਹਾਰ ਦੀ। ਅੰਬੀ ਦਾ ਬੂਟਾ ਥੱਲੇ ਕਵਿਤਾ ਦੇ ਵਿੱਚ ਵੀ ਉਸ ਇੱਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨਹੀਂ ਕੀ ਉਸਦਾ ਕਹਿਣਾ ਨਹੀਂ ਵਿਹੜੇ ਦਾ ਗਹਿਣਾ ਨਹੀਂ। ਇਹ ਕਵਿਤਾਵਾਂ ਜੋ ਹਨ ਬੀ ਏ ਭਾਗ ਪਹਿਲਾਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹਨ। ਵਿਦਿਆਰਥੀ ਇਹਨਾਂ ਦੇ ਵਿੱਚੋਂ ਵੀ ਜੋ ਮਿਸਾਲਾਂ ਉਹਨਾਂ ਨੂੰ ਜੋ ਸੌਖੀਆਂ ਲੱਗਣ ਆਸਾਨ ਲੱਗਣ ਉਹਨਾਂ ਨੂੰ ਸ਼ਾਮਿਲ ਕਰ ਸਕਦੇ ਹਨ। ਇੱਕ ਕਵਿਤਾ ਉਹਨਾਂ ਦੀ ਹੋਰ ਹੈ ਖੂਹ ਦੇ ਰੰਗ ਨੂੰ ਬਿਆਨ ਕਰਦੇ ਹਨ ਕਿ ਸਾਡੇ ਖੂਹ 'ਤੇ ਵੱਸਦਾ ਰੱਬ ਨਹੀਂ। ਇਸ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਦੇ ਵਿੱਚ ਜੋ ਪ੍ਰਕਿਰਤੀ ਚਿਤਰਨ ਹੈ ਉਹ ਵੱਖ ਵੱਖ ਰੂਪਾਂ ਦੇ ਵਿੱਚ ਬੜੀ ਭਰਪੂਰਤਾ ਦੇ ਨਾਲ ਪੇਸ਼ ਹੋਇਆ ਹੈ। ਪ੍ਰੋਫੈਸਰ ਮੋਹਨ ਸਿੰਘ ਇੱਕ ਸਫਲ ਗੀਤਕਾਰ ਵੀ ਅਸੀਂ ਉਹਨਾਂ ਨੂੰ ਕਹਿ ਸਕਦੇ ਹਨ ਕਿ ਉਹਨਾਂ ਦੀ ਕਵਿਤਾ ਦੇ ਵਿੱਚ ਜੋ ਹੈ ਗੀਤਕਾਰੀ ਕਾਫੀ ਮਾਤਰਾ ਦੇ ਵਿੱਚ ਝਲਕਦੀ ਹੈ, ਕਿਉਂਕਿ ਉਹਨਾਂ ਦੇ ਗੀਤ ਬੜੇ ਸਰਲ, ਉਹਨਾਂ ਦੀ ਕਵਿਤਾ ਜੋ ਹੈ ਬੜੀ ਸਰਲ ਆਪ ਮੁਹਾਰੇ ਅਤੇ ਜਜ਼ਬਾ ਪ੍ਰਧਾਨ ਕਵਿਤਾ ਹੈ। ਜਜ਼ਬੇ ਜੋ ਹਨ ਉਹਨਾਂ ਦੇ ਆਪ ਮੁਹਾਰੇ ਉਹਨਾਂ ਦੀ ਕਵਿਤਾ ਦੇ ਵਿੱਚ ਛਲਕਦੇ ਹਨ ਜਾਂ ਝਲਕਦੇ ਹਨ। ਇਸ ਸੰਦਰਭ ਦੇ ਵਿੱਚ ਉਹਨਾਂ ਦੀਆਂ ਕਵਿਤਾਵਾਂ ਵੇ ਕੋਈ ਤੋੜੇ ਵੇ ਕੋਈ ਤੋੜੇ ਜੇ ਤੂੰ ਬਹਿ ਵੰਜੇ ਮੇਰੇ ਕੋਲ, ਜਾਂ ਨਿੱਕਾ ਨਿੱਕਾ ਦਿਲ ਕਰਨਾ ਅੱਜ ਕੋਈ ਆਇਆ ਸਾਡੇ ਵਿਹੜੇ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੇ ਵਿੱਚ ਗੀਤਕਾਰੀ ਵਾਲੇ ਅੰਸ਼ ਜੋ ਹਨ ਭਰਪੂਰ ਮਾਤਰਾ ਵਿੱਚ ਹਨ। ਪ੍ਰੋਫੈਸਰ ਮੋਹਨ ਸਿੰਘ ਰੋਮਾਂਸਵਾਦੀ ਕਵੀ ਹੋਣ ਦੇ ਨਾਲ ਨਾਲ ਪ੍ਰਗਤੀਵਾਦੀ ਕਵੀ ਵੀ ਜੋ ਹਨ, ਕਿਉਂਕਿ ਪਹਿਲਾ ਪੜਾਅ ਜੋ ਹੈ ਉਹਨਾਂ ਦਾ ਉਹ ਰੋਮਾਂਸਵਾਦ ਹੈ ਅਤੇ ਹੌਲੀ ਹੌਲੀ ਜੋ ਹੈ ਉਹ ਪ੍ਰਗਤੀਵਾਦ ਵੱਲ ਵੱਧ ਜਾਂਦੇ ਹਨ, ਕਿਉਂਕਿ ਪ੍ਰਗਤੀਵਾਦੀ ਰੰਗਣ ਦੀ ਜਿਹੜੀ ਕਵਿਤਾ ਹੈ ਉਸਦੇ ਵਿੱਚ ਉਹਨਾਂ ਦੇ ਸਮਾਜਿਕ ਚੇਤਨਾ ਨਾਲ ਭਰਪੂਰ ਕ੍ਰਾਂਤੀਕਾਰੀ ਸ਼ਕਤੀਆਂ ਦਾ ਸਮਰਥਨ ਕਰਦਿਆਂ ਹੋਇਆਂ ਉਸਦੇ ਸਮਰਥਕ ਵਜੋਂ ਜੋ ਹੈ ਉੱਭਰਦੇ ਹਨ। ਇਸ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦੇ ਜੋ ਕਾਵਿ ਪੜਾਅ ਹਨ ਵੱਖ ਵੱਖ ਸਾਰੇ ਕਾਵਿ ਸੰਗ੍ਰਹਿ ਹਨ ਉਹਨਾਂ ਦੇ ਆਧਾਰ 'ਤੇ ਉਹਨਾਂ ਦੇ ਕਾਵਿ ਪੜਾਵਾਂ ਨੂੰ ਵੀ ਅਸੀਂ ਵਾਚ ਸਕਦੇ ਹਨ। ਪਹਿਲਾ ਪੜਾਅ ਜੋ ਹੈ ਇਸ ਵਿੱਚ ਅਸੀਂ ਸਾਵੇ ਪੱਤਰ ਕਾਵਿ ਸੰਗ੍ਰਹਿ ਜੋ ਕਿ 1936 ਦੇ ਵਿੱਚ ਪ੍ਰਕਾਸ਼ਿਤ ਹੋਇਆ, ਸਾਵੇ ਪੱਤਰ ਕਾਵਿ ਸੰਗ੍ਰਹਿ ਜੋ ਹੈ ਉਸਦੇ ਵਿਚਲੀ ਕਵਿਤਾ ਮੁਹੱਬਤ ਦੇ ਰੰਗ ਵਿੱਚ ਰੰਗੀ ਹੋਈ ਕਵਿਤਾ ਹੈ। ਇਸ ਵਿੱਚ ਕਵੀ ਜੋ ਹੈ ਇਸ਼ਕ ਦੇ ਪੁਜਾਰੀ ਵਜੋਂ ਉੱਭਰਦਾ ਹੈ।
ਇਸ ਕਵਿਤਾ ਦੇ ਵਿੱਚ ਕਵੀ ਜੋ ਹੈ ਵਾਸ਼ਨਾਵਾਦੀ ਕਵੀ ਦਾ ਇੱਕ ਅੰਸ਼ ਜੋ ਹੈ ਉਸਦੇ ਵਿੱਚ ਸ਼ਾਮਿਲ ਹੈ। ਇਸ ਪੜਾਅ ਦੇ ਵਿੱਚ ਕਵੀ ਦੀ ਕਲਮ ਦੇ ਵਿੱਚ ਬੜਾ ਜੋਸ਼ ਹੈ ਜਾਂ ਬੜਾ ਜ਼ੋਰ ਹੈ। ਔਰ ਦੂਜੇ ਪੜਾਅ ਦੇ ਵਿੱਚ ਅਸੀਂ ਕਸੁੰਬੜਾ ਜੋ ਕਿ 1939 ਵਿੱਚ ਪ੍ਰਕਾਸ਼ਿਤ ਹੁੰਦੀ ਹੈ, ਅਧਵਾਟੇ 1940 ਵਿੱਚ ਅਤੇ ਕੱਚ ਸੱਚ 1945 ਵਿੱਚ ਪ੍ਰਕਾਸ਼ਿਤ ਹੁੰਦੀਆਂ ਹਨ। ਇਹਨਾਂ ਕਾਵਿ ਸੰਗ੍ਰਹਿਆਂ ਨੂੰ ਅਸੀਂ ਸ਼ਾਮਿਲ ਕਰ ਸਕਦੇ ਹਾਂ। ਕਸੁੰਬੜਾ ਕਵਿਤਾ ਜੋ ਹੈ ਇਸ ਦੇ ਵਿੱਚ ਕਵੀ ਨੇ 1936 ਤੋਂ ਲੈ ਕੇ 1939 ਤੱਕ ਦੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ ਇਸ ਕਾਵਿ ਸੰਗ੍ਰਹਿ ਦੇ ਵਿੱਚ, ਜੋ ਕਿ 1939 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਇਹਨਾਂ ਤਿੰਨਾਂ ਕਾਵਿ ਸੰਗ੍ਰਹਿ ਦੇ ਵਿੱਚ ਕਸੁੰਬੜਾ, ਅਧਵਾਟੇ ਅਤੇ ਕੱਚ ਸੱਚ ਵਿੱਚ ਕਵੀ ਦੀ ਜੋ ਚੇਤਨਾ ਹੈ ਉਹ ਮੁਹੱਬਤ ਵੱਲੋਂ ਜਾਂ ਪ੍ਰੇਮ ਵੱਲੋਂ ਜਾਂ ਇਸ਼ਕ ਵੱਲੋਂ ਹਟ ਕੇ ਜੋ ਹੈ ਸਮਾਜਿਕ ਚੇਤਨਾ ਵੱਲ ਵੱਧਦੀ ਹੋਈ ਪ੍ਰਤੀਤ ਹੁੰਦੀ ਹੈ। ਇਸ ਪੜਾਅ ਦੇ ਵਿੱਚ ਕਵੀ ਦੀ ਜੋ ਕਾਵਿਕ ਸੂਝ ਹੈ ਪਹਿਲੇ ਪੜਾਅ ਨਾਲੋਂ ਥੋੜ੍ਹਾ ਪਕੇਰੀ ਹੋ ਜਾਂਦੀ ਹੈ, ਕਿਉਂਕਿ ਇਸ ਪੜਾਅ ਦੇ ਵਿੱਚ ਕਵੀ ਜੋ ਹੈ ਸਮਾਜਿਕ ਚੇਤਨਾ ਦੇ ਨਾਲ ਲਬਰੇਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਉਸ ਦੀਆਂ ਕਵਿਤਾਵਾਂ ਦਾ ਜੋ ਤੀਜਾ ਪੜਾਅ ਹੈ ਇਸ ਦੇ ਵਿੱਚ ਅਸੀਂ ਆਵਾਜ਼ਾਂ, ਜੋ ਕਿ 1951 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ, ਆਵਾਜ਼ਾਂ ਦੇ ਵਿੱਚ ਉਸਦੀ ਸਮਾਜਿਕ ਸੂਝ ਜਿਹੜੀ ਹੈ ਪਕਿਆਈ ਨੂੰ ਧਾਰਨ ਕਰ ਜਾਂਦੀ ਹੈ ਅਤੇ ਉਹ ਵਿਸ਼ਵ ਅਮਨ ਦੀਆਂ ਬਾਤਾਂ ਪਾਉਂਦਾ ਹੈ ਔਰ ਆਵਾਜ਼ਾਂ ਮਾਰ ਰਿਹਾ ਹੈ ਖੁਸ਼ਹਾਲੀ ਨੂੰ, ਸੁੱਖ ਨੂੰ, ਸਮਰਿੱਧੀ ਨੂੰ, ਔਰ ਮਨੁੱਖ ਨੂੰ ਆਵਾਜ਼ਾਂ ਦੇ ਰਿਹਾ ਹੈ ਸਮਾਜਿਕ ਚੇਤਨਾ ਦੇ ਨਾਲ ਲਬਰੇਜ਼ ਹੋਣ ਦੀਆਂ। ਜੰਦਰੇ ਕਾਵਿ ਸੰਗ੍ਰਹਿ ਜੋ ਉਸਦਾ 1964 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ, ਇਸ ਕਾਵਿ ਸੰਗ੍ਰਹਿ ਦੇ ਵਿੱਚ ਕਵੀ ਨੇ ਭਾਵੇਂ ਕਲਾ ਪੱਖੋਂ ਜਾਂ ਵਿਚਾਰਿਕ ਪੱਖੋਂ ਤਾਂ ਬਹੁਤੀ ਉੱਨਤੀ ਨਹੀਂ ਕੀਤੀ, ਪਰ ਫਿਰ ਵੀ ਇਸ ਕਾਵਿ ਪੜਾਅ ਨੂੰ ਜੋ ਹੈ ਜਾਂ ਇਸ ਕਾਵਿ ਸੰਗ੍ਰਹਿ ਨੂੰ ਜੋ ਹੈ ਅਸੀਂ ਤੀਜੇ ਕਾਵਿ ਪੜਾਅ ਦਾ ਉਸਦਾ ਪ੍ਰਮੁੱਖ ਕਾਵਿ ਸੰਗ੍ਰਹਿ ਮੰਨ ਸਕਦੇ ਹਾਂ। ਔਰ ਇਸ ਤੋਂ ਬਾਅਦ ਉਸਦਾ ਜੈਮੀਰ ਕਾਵਿ ਸੰਗ੍ਰਹਿ ਜੋ 1968 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਅਸਲ ਦੇ ਵਿੱਚ ਇਹ ਕਾਵਿ ਸੰਗ੍ਰਹਿ ਜੋ ਹੈ ਜੋ ਜੰਗ ਯੁੱਧ ਦਾ ਸਮਾਂ ਸੀ, ਉਸ ਵੇਲੇ ਸੰਸਾਰ ਜੰਗ ਦਾ ਜੋ ਸਮਾਂ ਚੱਲ ਰਿਹਾ ਸੀ, ਉਸ ਵੇਲੇ ਉਸਨੇ ਹਿੰਦ ਰੂਸ ਦੀ ਦੋਸਤੀ ਨੂੰ ਸਮਰਪਿਤ ਕਰਦਿਆਂ ਹੋਇਆਂ, ਅਮਨ ਦੀ ਜੈ ਜੈਕਾਰ ਕਰਦਿਆਂ ਹੋਇਆਂ ਇਸ ਕਾਵਿ ਸੰਗ੍ਰਹਿ ਦੇ ਵਿੱਚ ਆਪਣੀਆਂ ਜੋ ਰਚਨਾਵਾਂ ਪੇਸ਼ ਕੀਤੀਆਂ ਜਾਂ ਇਸ ਕਾਵਿ ਸੰਗ੍ਰਹਿ ਨੂੰ ਪ੍ਰਕਾਸ਼ਿਤ ਕੀਤਾ। ਇਸ ਦਾ ਅਰਥ ਹੀ ਅਸਲ ਦੇ ਵਿੱਚ ਹਿੰਦੁਸਤਾਨੀ ਅਤੇ ਰੂਸੀ ਭਾਸ਼ਾਵਾਂ ਦੇ ਸ਼ਬਦਾਂ ਦੇ ਸੁਮੇਲ ਦੇ ਨਾਲ ਬਣਿਆ ਸੀ, ਜਿਸ ਦਾ ਅਰਥ ਸੀ ਜੈ ਮੀਰ ਭਾਵ ਅਮਨ ਦੀ ਜੈ ਹੋਵੇ। ਇਸ ਵਿਚਲੀਆਂ ਕਵਿਤਾਵਾਂ ਜੋ ਸਨ ਕਵੀ ਦੀ ਜੰਗ ਵਿਰੋਧੀ ਅਤੇ ਮਨੁੱਖਤਾਵਾਦੀ ਸੋਚ ਨੂੰ ਪੇਸ਼ ਕਰਦੀਆਂ ਸਨ ਔਰ ਇਸੇ ਕਾਵਿ ਸੰਗ੍ਰਹਿ ਜੈ ਮੀਰ ਕਾਵਿ ਸੰਗ੍ਰਹਿ ਦੇ ਬਦਲੇ ਹੀ ਪ੍ਰੋਫੈਸਰ ਮੋਹਨ ਸਿੰਘ ਨੂੰ ਇੱਕ ਅਵਾਰਡ ਵੀ ਹਾਸਲ ਹੋਇਆ ਸੀ ਜੋ ਸੋਵੀਅਤ ਨਹਿਰੂ ਪੁਰਸਕਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਔਰ ਇਸ ਤੋਂ ਬਾਅਦ ਜੋ ਹੈ ਉਹਨਾਂ ਦਾ ਇੱਕ ਹੋਰ ਕਾਵਿ ਸੰਗ੍ਰਹਿ ਬੂਹੇ ਵੀ ਪ੍ਰਕਾਸ਼ਿਤ ਹੁੰਦਾ ਹੈ ਔਰ ਬੂਹੇ ਕਾਵਿ ਸੰਗ੍ਰਹਿ ਦੇ ਵਿੱਚ ਵੀ ਕਵੀ ਦੀ ਜੋ ਮਨੁੱਖਤਾਵਾਦੀ ਸੋਚ ਹੈ ਉਹ ਵਧੇਰੇ ਪ੍ਰਧਾਨ ਹੈ। ਇੱਕ ਹੋਰ ਕਾਵਿ ਸੰਗ੍ਰਹਿ ਹੈ ਅਧਵਾਟੇ ਪ੍ਰੋਫੈਸਰ ਮੋਹਨ ਸਿੰਘ ਦਾ। ਇਸ ਅਧਵਾਟੇ ਕਾਵਿ ਸੰਗ੍ਰਹਿ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਪਿਆਰ ਦੇ ਜਾਂ ਸਮਾਜਿਕ ਚੇਤਨਾ ਦੇ ਅਧਵਾਟੇ ਰਹਿ ਜਾਣ ਵੱਲ ਸੰਕੇਤ ਕੀਤਾ ਹੈ। ਅਤੇ ਇਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਕਾਵਿ ਸੰਗ੍ਰਹਿ ਹੈ ਕੱਚ ਸੱਚ, ਜੋ ਕਿ 1945 ਦੇ ਵਿੱਚ ਛਪਿਆ ਸੀ। ਇਹ ਦੂਜੇ ਪੜਾਅ ਦਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਦੇ ਵਿੱਚ ਕਵੀ ਨੇ ਅਸਲ ਦੇ ਵਿੱਚ ਜੋ ਨਿੱਜੀ ਪੀੜ ਹੈ ਉਸਨੂੰ ਕੱਚ ਅਤੇ ਜੋ ਸਮਾਜਿਕ ਚੇਤਨਾ ਜਾਂ ਸੂਝ ਵਾਲੀ ਪੀੜ ਹੈ
ਭਾਵ ਨਿੱਜ ਤੋਂ ਪਰ ਵੱਲ ਜੋ ਜਾਣ ਦਾ ਉਸਦਾ ਸਫ਼ਰ ਹੈ ਉਸਨੂੰ ਕੱਚ ਸੱਚ ਦੇ ਨਾਮ ਦੀ ਹੈ, ਭਾਵ ਨਿੱਜੀ ਪੀੜਾ ਜੋ ਹੈ ਕੱਚ ਹੈ ਅਤੇ ਸਮਾਜਿਕ ਪੀੜਾ ਜੋ ਹੈ ਉਹ ਸੱਚ ਹੈ। ਇਸ ਤਰ੍ਹਾਂ ਨਿੱਜ ਤੋਂ ਪਰ ਵੱਲ ਜਾਣ ਦਾ ਜੋ ਸਫ਼ਰ ਹੈ ਉਹ ਕੱਚ ਸੱਚ ਕਾਵਿ ਸੰਗ੍ਰਹਿ ਦੇ ਵਿੱਚ ਬਿਆਨਿਆ ਗਿਆ ਹੈ। ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਦਾ ਜੋ ਰੂਪਕ ਪੱਖ ਹੈ ਇਸ ਬਾਰੇ ਵੀ ਚਰਚਾ ਕਰਨੀ ਬਣਦੀ ਹੈ, ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਦੀ ਜੋ ਭਾਸ਼ਾ ਹੈ ਪੋਠੋਹਾਰੀ ਰੰਗ ਦੀ ਪੰਜਾਬੀ ਭਾਸ਼ਾ ਹੈ, ਜਿਸ ਦੇ ਵਿੱਚ ਉਸਨੇ ਉਰਦੂ ਫਾਰਸੀ ਦੇ ਸ਼ਬਦਾਂ ਦਾ ਵੀ ਜੋ ਹੈ ਪ੍ਰਯੋਗ ਕੀਤਾ ਹੈ, ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਜੋ ਹੈ ਉਰਦੂ ਫਾਰਸੀ ਹਿੰਦੀ ਅੰਗਰੇਜ਼ੀ ਪੰਜਾਬੀ ਦੇ ਵਿਦਵਾਨ ਕਵੀ ਸਨ। ਸੋ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਪੰਜਾਬੀ ਭਾਸ਼ਾ ਜੋ ਹੈ ਉਹ ਆਪਣੇ ਠੇਠ ਅਤੇ ਸਰਲ ਰੂਪ ਵਿੱਚ ਪੇਸ਼ ਹੋਣ ਦੇ ਨਾਲ ਨਾਲ ਪੋਠੋਹਾਰੀ ਰੰਗਣ ਵੀ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਨਜ਼ਰ, ਕੁਝ ਸ਼ਬਦ ਜੋ ਹਨ ਪੋਠੋਹਾਰੀ ਰੰਗ ਦੇ ਵਰਤੇ ਗਏ ਹਨ, ਕਿਉਂਕਿ ਉਹਨਾਂ ਦੀ ਸ਼ਬਦ ਚੋਣ ਜਿਹੜੀ ਹੈ ਬਹੁਤ ਹੀ ਸੁਚੱਜੀ ਹੈ। ਕਵੀ ਦੀ ਸ਼ੈਲੀ ਜੋ ਹੈ ਨਿਵੇਕਲੀ ਕਿਸਮ ਦੀ ਹੈ, ਜਿਵੇਂ ਕਿ ਉਸਦੇ ਕਾਵਿ ਜੋ ਪ੍ਰੋਫੈਸਰ ਮੋਹਨ ਸਿੰਘ ਦੇ ਕਾਵਿ ਸੰਗ੍ਰਹਿ ਹਨ ਉਹਨਾਂ ਦੇ ਨਾਵਾਂ ਤੋਂ ਹੀ ਪਤਾ ਲੱਗਦਾ ਹੈ, ਜਿਵੇਂ ਕੱਚ ਸੱਚ, ਅਧਵਾਟੇ, ਜੰਦਰੇ ਆਦਿ, ਭਾਵ ਬਿਲਕੁਲ ਪੰਜਾਬੀ ਰੰਗਣ ਦੇ ਸ਼ਬਦ ਹਨ ਔਰ ਉਸਨੂੰ ਆਪਣੇ ਨਿਵੇਕਲੇ ਅੰਦਾਜ਼ ਦੇ ਵਿੱਚ ਉਹਨਾਂ ਨੇ ਵਰਤਿਆ ਹੈ। ਕਵੀ ਜੋ ਹੈ ਛੰਦਾਬੰਦੀ ਦਾ ਉਸਤਾਦ ਹੈ, ਛੰਦਾਬੰਦੀ ਦੇ ਵਿੱਚ ਇੰਨਾ ਮਾਹਿਰ ਹੈ ਕਿ ਆਪਣੇ ਨਿੱਜੀ ਜਜ਼ਬਿਆਂ ਅਤੇ ਭਾਵਨਾਵਾਂ ਦੇ ਪ੍ਰਗਟਾਵੇ ਦੇ ਲਈ ਨਿੱਕੇ ਨਿੱਕੇ ਛੰਦ ਅਤੇ ਢੁਕਵੀਂ ਸਰਲ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ, ਜਿਸ ਸਦਕਾ ਕਵਿਤਾ ਜੋ ਹੈ ਰਸਮਈ ਰੂਪ ਅਖਤਿਆਰ ਕਰ ਜਾਂਦੀ ਹੈ। ਇਸ ਦੇ ਨਾਲ ਹੀ ਪ੍ਰੋਫੈਸਰ ਮੋਹਨ ਸਿੰਘ ਨੇ ਆਪਣੀਆਂ ਕਵਿਤਾਵਾਂ ਦੇ ਵਿੱਚੋਂ ਜੋ ਅਲੰਕਾਰਾਂ ਦੀ ਚੋਣ ਹੈ, ਜੋ ਅਲੰਕਾਰ ਸਿਰਜੇ ਹਨ ਜਾਂ ਬਿੰਬ ਜਾਂ ਪ੍ਰਤੀਕ ਸਿਰਜੇ ਹਨ, ਉਹ ਵੀ ਅਲੋਕਾਰੀ ਕਿਸਮ ਦੇ ਹਨ, ਜਿਸ ਦੇ ਨਾਲ ਕਵਿਤਾ ਜੋ ਹੈ ਬੇਹੱਦ ਪ੍ਰਭਾਵਸ਼ਾਲੀ ਹੋ ਨਿਬੜਦੀ ਹੈ। ਅਤੇ ਸੰਗੀਤਕ ਲੈਅ ਜੋ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਇੱਕ ਵਿਸ਼ੇਸ਼ ਅੰਸ਼ ਹੈ ਜਾਂ ਵਿਸ਼ੇਸ਼ ਲੱਛਣ ਹੈ, ਕਿਉਂਕਿ ਉਸਦੀਆਂ ਕਵਿਤਾਵਾਂ ਦੀ ਜਿਹੜੀ ਸ਼ਬਦ ਚੋਣ ਜਿਹੜੀ ਹੈ ਇੰਨੀ ਸੁਚੱਜੀ ਹੈ, ਇੰਨੀ ਢੁਕਵੀਂ ਹੈ ਅਤੇ ਇੰਨੇ ਸਰਲ ਢੰਗ ਦੇ ਨਾਲ ਉਸਨੇ ਆਪਣੇ ਭਾਵਾਂ ਦੀ ਬਿਆਨਬਾਜ਼ੀ ਕੀਤੀ ਹੈ ਕਿ ਉਸਦੇ ਗੀਤਾਂ ਦੇ ਨਾਲ ਨਾਲ ਉਸਦੀਆਂ ਜੋ ਆਮ ਦੂਸਰੀਆਂ ਕਵਿਤਾਵਾਂ ਹਨ ਉਹਨਾਂ ਦੇ ਵਿੱਚ ਵੀ ਸੰਗੀਤਕ ਲੈਅ ਮੌਜੂਦ ਹੋਣ ਸਦਕਾ ਪ੍ਰੋਫੈਸਰ ਮੋਹਨ ਸਿੰਘ ਜੋ ਹੈ ਸਾਡੀਆਂ ਨਜ਼ਰਾਂ ਦੇ ਵਿੱਚ ਇੱਕ ਬੇਹੱਦ ਮਹਾਨ ਕਵੀ ਦਾ ਦਰਜਾ ਅਖਤਿਆਰ ਕਰ ਜਾਂਦਾ ਹੈ। ਨਿਸ਼ਕਰਸ਼ ਰੂਪ ਦੇ ਵਿੱਚ ਜਾਂ ਨਿਚੋੜ ਵਜੋਂ ਕਿਹਾ ਜਾਵੇ ਤਾਂ ਪ੍ਰੋਫੈਸਰ ਮੋਹਨ ਸਿੰਘ ਜੋ ਹੈ ਛੋਟੀਆਂ ਕਵਿਤਾਵਾਂ ਦਾ ਜੋ ਹੈ ਉਸਤਾਦ ਕਵੀ ਹੈ, ਕਿਉਂਕਿ ਉਸਦੀਆਂ ਜੋ ਕਵਿਤਾਵਾਂ ਹਨ ਉਹਨਾਂ ਦੇ ਵਿੱਚ ਜੋ ਉਸਦੇ ਨਿੱਜੀ ਭਾਵ ਹਨ ਉਹਨਾਂ ਨੂੰ ਬੜੀ ਹੀ ਨਿਪੁੰਨਤਾ ਦੇ ਨਾਲ ਉਸਨੇ ਭਰਿਆ ਹੈ ਔਰ ਗੀਤਕਾਰ ਵਜੋਂ ਵੀ ਉਸਦਾ ਪੰਜਾਬੀ ਸਾਹਿਤ ਦੇ ਵਿੱਚ ਉਸਦੀਆਂ ਕਵਿਤਾਵਾਂ ਦਾ ਨਿਵੇਕਲਾ ਸਥਾਨ ਹੈ। ਜੇ ਸਮੁੱਚੇ ਰੂਪ ਦੇ ਵਿੱਚ ਕਿਹਾ ਜਾਏ ਤਾਂ ਪ੍ਰੋਫੈਸਰ ਮੋਹਨ ਸਿੰਘ ਇੱਕ ਅਜਿਹਾ ਸ਼ਾਇਰ ਹੈ ਜਿਸਨੇ ਜ਼ਿੰਦਗੀ ਦੇ ਸਭ ਰੰਗਾਂ ਨੂੰ ਬੜੀ ਸ਼ਿੱਦਤ ਦੇ ਨਾਲ ਮਾਣਿਆ ਹੈ ਔਰ ਪ੍ਰੋਫੈਸਰ ਮੋਹਨ ਸਿੰਘ ਜਿਉਂਦੇ ਜੀ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਜਾਂ ਭਾਗ ਬਣ ਗਏ।